Thank you.
ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਚਨ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤੇ ਗੁਰੂ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪੰਜਾਂ ਤਖਤਾਂ ਦੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਜੀ ਬਗੜਾ ਜੀ ਸ੍ਰੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜਿੱਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਧਰ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ ਬਹੁਤ ਹੀ ਸੋਮਾਨ ਸਮਾਂ
ਬਾਬਾ ਸਾਰੇ ਆਲਵਰ ਸਿੰਘ ਜੀ ਜੋ ਆਪਾਂ ਨੂੰ ਸੀਵਰ ਛੋੜਾ ਦੇ ਚਲੇ ਗਏ ਹਨ, ਉਹਨਾਂ ਦੀ ਅੰਤਮ ਅਰਦਾਸ ਸ਼ਾਮਿਲ ਕਰਦਾ ਹੈ। ਮੌਲਿਕ ਗਲਤ ਸਹੀ ਹੈ, ਜਿਸ ਨੂੰ ਇਨਸਾਨ ਦਾ ਜਨਮ ਹੋਇਆ ਹੈ, ਮੌਲਿਕ ਮੌਸਮ ਇਸ ਤੋਂ ਜਿੱਦਾ ਹੈ। ਗੁਰਬਾਣੀ ਵਿੱਚ ਜਿਹੜਾ ਮਰਨ ਲਿਖਾਏ ਮੰਡਲ ਮੈਂ Oh,
Thank you.
Thank you.
Thank you.
ਪੰਜਾਂ ਤਖਤਾਂ ਦੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ। ਜਿੱਥੇ ਆਵੇ ਜਿੱਦਾਂ ਉਹਨਾਂ ਸਦਕਾ ਸਰਬਸਭ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਧਾਰਿਆ ਸਤਿਗੁਰਕੀ ਪਾਏ ਪੰਥਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਸਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ, ਧਰਮ ਕਾਰਯਕਾਰ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖਾ, ਅਕਾਲ ਵਾਹਿਗੁਰੂ ਜੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਖਾਲਸੇ ਨੂੰ ਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨਵਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੁਹਾਡੇ ਅੱਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਵਿੱਤਰ ਸਥਾਨਾਂ 'ਤੇ ਜੋ ਕਿ ਆਪ ਜੀ ਦਿੱਤਾ ਹੈ, ਦਰ ਘਰ ਦੇ ਪ੍ਰੀਤਵਾਰ ਭਾਈ ਗੁਰਬਖਸ਼ ਸਿੰਘ ਜੀ ਮਹਾਰਾਜ, ਜੋ ਆਪ ਜੀ ਦਿੱਤੀ ਹੋਈ ਆਪ ਜੀ ਨੂੰ ਭੋਗਣ ਵਾਸਤੇ ਸੰਸਾਰ 'ਤੇ ਆਏ ਸਨ ਮਹਾਰਾਜ, ਉਹ ਜਿਨ੍ਹਾਂ ਤੋਂ ਲੋਕ ਤੋਂ ਪ੍ਰਲੋਭ ਕੰਮ ਕਰ ਗਏ ਸਨ ਮਹਾਰਾਜ, ਉਹਨਾਂ ਦੀ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਵਿਖੇ ਤੁਰਕੀ ਬਾਣੀ ਆਈ, ਤਿੰਨ ਸਗਲੀ ਚੰਦ ਮੰਡਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਮਹਾਰਾਜ। ਸਵਾਮੀ ਜੀ ਦੀ ਮਹਾਨ ਕਿਰਪਾ ਮੇਹਰ ਦਾ ਸਦਕਾ ਸਗੋਂ ਭੋਗ ਪੈ ਚੁੱਕੇ ਸਨ ਮਹਾਰਾਜ ਭੋਗ ਤੋਂ ਉਪਰੰਤ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਵਿੱਤਰ ਅਸਥਾਨਾਂ 'ਤੇ ਸੱਚਖੰਡ ਗੁਰਦੁਆਰਾ ਝਾੜ ਸਾਹਿਬ ਵਿਖੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਛਤਰ ਛਾਇਆ ਹੇਠ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਅਲਾਹੀ ਬਾਣੀ ਦੇ ਕੀਰਤਨ ਹੋਏ ਹਨ ਮਹਾਰਾਜ, ਕਥਾ ਵਿਚਾਰਾਂ ਹੋਈਆਂ ਹਨ, ਆਪ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਸੰਗਤਾਂ ਤੋਂ ਗੁਰਬਾਣੀ ਸਰਵਣ ਕਰਦੇ ਹਾਂ, ਹਾਜ਼ਰੀਆਂ ਭਰਦੇ ਹਾਂ, ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਅੰਜਾਮ ਬੱਚੇ ਸਮਝ ਕੇ ਮਾਫ ਕਰਨਾ, ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਦੇ, ਸੇਵਾ ਕਰਨ ਦੇ, ਸੰਗਤਾਂ ਨੂੰ ਗੁਰਬਾਣੀ ਸਰਵਣ ਕਰ ਦਿੱਤੇ ਵੱਲ ਬਖਸ਼ਣੇ ਮਹਾਰਾਜ, ਇਸ ਬਾਣੀ ਬੜੀ ਸੁਨੀਲਾ ਮਹਾਰਤ ਨੂੰ ਸੋਧ ਕੇ ਉਸ ਸ੍ਰੀ ਗੁਰੂ ਨੂੰ ਬਖਸ਼ਣਾ, ਸਦਾ ਵਾਸਤੇ ਆਪਣੇ ਚਰਨਾਂ ਦੇ ਚਰਵਾਸਾ ਬਖਸ਼ਣਾ, ਪਰਿਵਾਰ ਨੂੰ ਸਾਜ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਦੇ ਕਾਰਜ ਰਾਜ ਕਰਨੇ, ਗੁਰਸਿੱਖੀ ਵਾਲਾ ਜੀਵਨ ਨਾਮ ਦਾ ਦੀਆਂ ਦਾਤਾਂ ਬਖਸ਼ਣੀਆਂ, ਇਸ ਵੇਲੇ ਜੋ ਵੀ ਮਾਈ ਭਾਈ ਆਪ ਜੀ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਿਆ, ਸਰਬੱਤ ਸੰਗਤ ਦੀ ਹਾਜ਼ਰੀ ਦਾਤੇ ਪ੍ਰਵਾਨ ਕਰਨੀ, ਆਪ ਜੀ ਦੇ ਸਿੰਘਾਂ ਸੇਵਕਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੂੰ ਪਛਾ ਕੇ ਭੇਟਾ ਕੀਤੇ ਗਏ ਹਨ, ਆਪ ਜੀ ਨੇ ਅੰਗੀਕਾਰ ਕੀਤੇ ਹਨ,
ਆਪ ਜੀ ਨੇ ਆਪਣੇ ਸਿੰਘਾਂ ਸੇਵਕਾਂ ਦੇ ਲੋਕ ਪ੍ਰਲੋਭ ਦੇ ਪਰਦੇ ਕੱਜਣੇ ਹਨ, ਸੰਸਾਈ ਉਹਨਾਂ ਬੇਅੰਤ ਮਾਇਆ ਦੇ ਗੱਪੇ ਭੇਟਾ ਹੋਏ ਹਨ, ਜਿਹਨਾਂ ਖਜ਼ਾਨਿਆਂ ਵਿੱਚੋਂ ਮਾਇਆ ਹੀ ਸੁੱਖ ਖਜ਼ਾਨੇ ਭਰਪੂਰ ਕਰਨੇ ਮਹਾਰਾਜ। ਇਸ ਵੇਲੇ ਆਪ ਜੀ ਦੀ ਹਜ਼ੂਰੀ ਵਿੱਚ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕੇ ਲੰਗਰ ਹਾਜ਼ਰ ਹਨ। ਆਪ ਜੀ ਦੇ ਦਰ ਤੇ ਪ੍ਰਵਾਨ ਹੋਏ, ਦਰ ਤੇ ਪ੍ਰਵਾਨ ਹੈ ਗੁਰੂ ਕਾ ਪ੍ਰਸ਼ਾਦ, ਗੁਰੂ ਕੇ ਲੰਗਰ। ਆਪ ਜੀ ਦੀਆਂ ਸੰਗਤਾਂ ਦੇ ਵਿੱਚੋਂ ਹਰ ਧਨਾ ਜੋ ਸ਼ਕਲ ਸੋ ਸਵਾਸ ਸਵਾਸ ਆਪ ਜੀ ਦਾ ਹੀ ਨਾਮ ਜਪਣ ਵਾਲਾ, ਕਿਰਪਾ ਕਰੋ, ਮਿਹਰ ਕਰੋ, ਆਈਆਂ ਸੰਗਤਾਂ ਨੂੰ ਪਵਿੱਤਰ ਗੁਣਾਂ ਦੀ ਦਾਤ ਬਖਸ਼ ਕੇ ਨਜ਼ਰੋ ਨਜ਼ਰ ਨਿਹਾਲ ਕਰੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਜੋ ਜੀ ਆਪ ਜੀ ਦੇ ਦਰ ਤੇ ਆਵੇ ਰਾਜੀ ਤੇ ਪ੍ਰਸੰਨ ਜਾਵੇ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਾਈ ਪ੍ਰਣਵਤਮਾਨ ਹੁਕਮ ਕੁਸ਼ਾਣ ਸੁਖ ਹੋਵੈ ਦਿਨ ਰਾਤੇ ਜਿਹਾ ਚੀਰ ਲਿਖਿਆ ਤੇ ਹੁਕਮ ਕਮਾਹੇ ਕੱਲੇ ਆਏ ਮਨ ਕਾ ਸਦੇ ਉੱਠੇ ਜਾਵੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋ ਰਾਏ ਪਰਮ ਬਾਤ ਮੇਰੀ ਜਨਮ ਗੁਜੀ ਸੀਤਲ ਹੋਏ ਮਨੁਆਨ ਸਤਿ ਗੁਰ ਕਾ ਦਰਸ਼ਨ ਪਾਏ ਜੀਓ ਸੁਖ ਹੋ ਤਲ ਗੁਰ ਸੇਵੀਆ ਤਾਮਸ ਸਹਿਜ ਸੁਭਾਏ ਦਰਸ਼ਨ ਕਰ ਸਿਆ ਗੁਰੂ ਕੈ ਜਨਮ ਮਰਮ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਦੁਖ ਰੋਗ ਕਾ ਬੋਰਾ ਪੰਨਾ ਆਨੰਦ ਹੈ ਪਰ ਹੈ ਮਾਰ ਮਾਰੀ ਹਰ ਹਰ ਪ੍ਰਭ ਕਿਰਪਾ ਭਾਰੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਬੋਰਾ ਪੰਨਾ ਆਨੰਦ ਹੈ ਪਰ ਹੈ ਮਾਰ ਮਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤ ਹੈ ਸੁਖ ਮੇਰਾ ਦਰ ਪਾਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ
ਬਾਣੀ ਆਈ ਤੇਨਾ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਦੁਖੀ ਹਿਰਦਿਆਂ ਦੇ ਨਾਲ ਸਰਦਾਰ ਗੁਰਬਖਸ਼ ਸਿੰਘ ਜੀ ਕਹਿਰੋਂ ਉਹਨਾਂ ਨੂੰ ਸਰਦਾਰ ਜੀ ਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਸਰਦਾਰ ਗੁਰਬਖਸ਼ ਸਿੰਘ ਜੀ ਸਾਡੇ ਬਹੁਤ ਹੀ ਸਰਦਾਰਯੋਗ ਸਾਡੇ ਅੰਕਲ ਜੀ ਉਹਨਾਂ ਦੇ ਵੱਡੇ ਬੇਟੇ ਸਰਦਾਰ ਹਰਮਿੰਦਰ ਸਿੰਘ ਜੀ ਜਿਹੜੇ ਫੋਰਸ ਲਾਈਨ ਇੰਸਪੈਕਟਰ ਨੇ ਪਹਿਲੋਂ ਟੀਚਰ ਦੀ ਜੋਬ ਵੀ ਕਰਦੇ ਰਹੇ ਨੇ ਉਦੋਂ ਵੀ ਸਾਡੇ ਬੜੇ ਕਰੀਬੀ ਸੱਜਣ ਰਹੇ ਔਰ ਬਾਅਦ ਵਿੱਚ ਜਦੋਂ ਫੋਰਸ ਲਾਈਨ ਇੰਸਪੈਕਟਰ ਬਣੇ ਉਸ ਟਾਈਮ ਵੀ ਉਹਨਾਂ ਦੇ ਭਰਾ ਬਲਿੰਦਰ ਸਿੰਘ ਗੁਰਜਿੰਦਰ ਸਿੰਘ ਸਾਡੀ ਭੈਣ ਦਪਿੰਦਰ ਕੌਰ ਸਾਡੇ ਪ੍ਰੋਹਣਾ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਜਿਹੜੇ ਕਿ ਫਿਰੋਜ਼ਪੁਰ ਤੋਂ ਜੀਰਾ ਰੋਡ ਦੇ ਡਿਫੈਂਸ ਕਲੋਨੀ ਦੇ ਚੇਅਰਮੈਨ ਨੇ ਔਰ ਬਹੁਤ ਵਧੀਆ ਕਲੋਨੀਜ਼ ਨੇ ਬੜੀਆਂ ਵਧੀਆ ਵਧੀਆ ਉਹਨਾਂ ਨੇ ਕਲੋਨੀਆਂ ਉੱਥੇ ਡਿਵੈਲਪ ਕੀਤੀਆਂ ਫਿਰੋਜ਼ਪੁਰ ਨੇ ਖੁਦ ਵੀ ਦੇਖੀਆਂ ਜਾ ਕੇ ਸਾਡੇ ਭੈਣ ਜੀ ਹਰਮਿੰਦਰ ਭਾਜੀ ਦੇ ਘਰੋਂ ਭੈਣ ਜੀ ਸ਼ਰਨਜੀਤ ਕੌਰ ਜੀ ਜਿਹੜੇ ਕਿ ਇਸ ਟਾਈਮ ਮੱਗੂ ਮੌਜੂਦਾ ਈਓ ਨੇ ਪਹਿਲੋਂ ਪੱਟੀ ਅਤੇ ਭਿੱਖੀ ਮਿੰਟ ਦੇ ਖੇਮ ਤੱਕ ਵੀ ਈਓ ਰਹਿ ਚੁੱਕੇ ਨੇ ਹੁਣ ਇਸ ਟਾਈਮ ਮੌਜੂਦਾ ਉਹ ਮੱਗੂ ਵਿਖੇ ਜੋਬ ਕਰ ਰਹੇ। ਮੇਰੇ ਹਿਸਾਬ ਦੇ ਨਾਲ ਇੰਨੇ ਪੜ੍ਹੇ ਲਿਖੇ ਪਰਿਵਾਰ ਦੀ ਜਿਹੜੀ ਨਿਸ਼ਾਨੀ ਹੁੰਦੀ ਉਹ ਮਾਤਾ ਪਿਤਾ ਦਾ, ਕਿਉਂਕਿ ਸਾਨੂੰ ਚੰਗਾ ਮਾਤਾ ਪਿਤਾ ਬਣਨਾ ਉਦੋਂ ਹੀ ਸਾਬਤ ਹੁੰਦਾ ਹੈ ਕਿ ਜਦੋਂ ਬੱਚੇ ਜਾਂ ਚੰਗੇ ਨਿਕਲਣ। ਜੇ ਬੱਚਿਆਂ ਨੂੰ ਚੰਗੀ ਸਿਹਤ ਜਾਂ ਚੰਗੀ ਐਜੂਕੇਸ਼ਨ ਜਾਂ ਉਹਨਾਂ ਨੂੰ ਮੋਰਲਸ ਵੈਲਿਊ ਅਸੀਂ ਨਹੀਂ ਸਿਖਾ ਸਕੇ ਤੇ ਸਾਡੇ ਵਿੱਚ ਵੀ ਉਹ ਕਮੀਆਂ ਫਿਰ ਹੋ ਜਾਣੀਆਂ। ਇਸ ਕਰਕੇ ਅੱਜ ਸਾਰੀਆਂ ਸੰਗਤਾਂ ਦਾ ਇਕੱਠ, ਵੇਖੋ ਕਿੰਨੀ ਠੰਡ ਹੋਣ ਦੇ ਬਾਵਜੂਦ ਵੀ ਦੂਰੋਂ ਦੂਰੋਂ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਸਾਬਕਾ ਕੈਬਨਿਟ ਮਿਨਿਸਟਰ ਸਰਦਾਰ ਇੰਦਰਜੀਤ ਸਿੰਘ ਜੀ ਜੀਰਾ ਜੀ, ਇਹਨਾਂ ਦੇ ਬੇਟੇ ਸਾਡੇ ਵੀਰ ਕੁਲਵੀਰ ਸਿੰਘ ਜੀਰਾ ਜੀ ਇਸ ਟਾਈਮ ਮੌਜੂਦਾ ਸਰਕਾਰ ਵਿੱਚ MLA ਨੇ, ਉਹ ਵੀ ਸਾਡੇ ਵਿੱਚ ਬੜੀ ਦੂਰੋਂ ਪਰਿਵਾਰ ਦੇ ਪਿਆਰ ਕਰਕੇ ਇੱਥੇ ਪਹੁੰਚੇ ਨੇ। ਸੰਸਕਾਰ ਵਾਲੇ ਦਿਨ ਸਰਪਾਲ ਸਿੰਘ ਭੁੱਲਰ ਸਾਡਾ ਹਰਮਿੰਦਰ ਜੀ ਉਸ ਹਲਕੇ ਵਿੱਚ ਜੋਬ ਕਰਦਾ ਫੋਰਸ ਲਾਈਨ ਇੰਸਪੈਕਟਰ ਦੀ, ਉਹਦੇ ਨਾਲ ਬੜਾ ਪਿਆਰ। ਔਰ ਸਰਦਾਰ ਆਦੇਸ਼ ਪ੍ਰਤਾਪ ਸਿੰਘ ਦਾ ਪਿੰਡ ਆ ਐਰੋ ਸਾਹਿਬ ਦਾ,
ਔਰ ਪਰਿਵਾਰ ਦੇ ਨਾਲ ਜਿਹੜਾ ਪਿਆਰ ਉਹ ਕਿਸ ਤੋਂ ਭੁੱਲਿਆ ਨਹੀਂ। ਇਸ ਕਰਕੇ ਚੰਗੀ ਐਜੂਕੇਸ਼ਨ ਦਿੱਤੀ ਤੇ ਬੱਚੇ ਇੱਡੇ ਵਧੀਆ ਆਫਿਸਰ ਜਾ ਰਹੇ ਨੇ, ਹੋਰ ਵੀ ਤਰੱਕੀ ਕਰਨਗੇ। ਇਹਨਾਂ ਦਾ ਅਗਾਂਹ ਹਰਮਿੰਦਰ ਭਾਈ ਦਾ ਪੋਤਰਾ ਇਸ ਟਾਈਮ ਟੈਕਨੋਲੋਜੀ ਪੜ੍ਹ ਰਿਹਾ। ਜਦੋਂ ਇੱਕ ਨੀਂਹ ਮਕਾਨ ਦੀ ਚੰਗੀ ਰੱਖੀ ਜਾਵੇ ਨਾ ਤਾਂ ਮਕਾਨ ਆਪਣੇ ਆਪ ਹੀ ਵਧੀਆ ਰਹਿੰਦਾ। ਗੱਲ ਆਪਾਂ ਸ਼ੁਰੂ ਤੋਂ ਕਰਦੇ ਹਾਂ ਵੀ ਜਿਹੜੀ ਨੀਂਹ ਹੁੰਦੀ ਆ, ਨੀਂਹ ਚੰਗੀ ਰੱਖੀ ਜਾਵੇ ਤੇ ਮਕਾਨ ਵਧੀਆ। ਇਹਨਾਂ ਨੇ ਅੰਕਲ ਜੀ ਹੋਣਾ ਨੇ ਸਾਡੇ ਆਂਟੀ ਗੁਰਮੀਤ ਕੌਰ ਜੀ ਹੋਣਾ ਚੰਗੀ ਨੀਂਹ ਰੱਖੀ, ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ। ਮੇਰੇ ਹਿਸਾਬ ਨਾਲ ਡਲੌਜੀ ਬੜੇ ਬੜੇ ਜੱਜਾਂ ਦੇ, ਬੜੇ ਬੜੇ ਐਮ ਐਲ ਏ ਦੇ, ਬੜੇ ਬੜੇ ਮਿਨਿਸਟਰਾਂ ਦੇ ਬੱਚੇ ਪੜ੍ਹਦੇ ਆ ਜਿੱਥੇ ਹਰਮਿੰਦਰ ਭਾਈ ਦਾ ਬੇੜਾ ਪੜ ਗਿਆ। ਤੇ ਇਹ ਪਰਿਵਾਰ ਦੇ ਚੰਗੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਜੇ ਚੰਗੀ ਸਿੱਖਿਆ ਬੱਚੇ ਲੈ ਰਹੇ ਨੇ। ਸਾਡੇ ਵਿੱਚ ਸਾਡੇ ਹਲਕੇ ਦੇ ਸੀਨੀਅਰ ਅਕਾਲੀ ਆਗੂ ਆਦੇਸ਼ ਪ੍ਰਤਾਪ ਸਿੰਘ ਜੀ ਦੇ ਪੀਏ ਦੇ ਮੌਜੂਦਾ ਐਚ ਜੀ ਪੀ ਸੀ ਮੈਂਬਰ ਖੁਸ਼ਵਿੰਦਰ ਸਿੰਘ ਪਾਂਡੀਆ ਜੀ, ਹੋਰ ਵੀ ਪਿੰਡ ਦੇ ਸੱਜਣ ਸਰਪੰਚ ਸਾਹਿਬ ਸਰਬਜੀਤ ਸਿੰਘ ਜੀ ਕਹਿਰੋ, ਮੰਤਰੀ ਸਾਹਿਬ ਦੇ ਸੈਕਟਰੀ ਕੁਲਦੀਪ ਸਿੰਘ ਜੀ ਕਹਿਰੋ, ਔਰ ਸਭ ਤੋਂ ਪਹਿਲਾਂ ਮੈਂ ਪਰਿਵਾਰ ਦੇ ਅਨਭਵੀ ਸ਼ਖਸੀਅਤਾਂ ਆਉਣ ਵਾਲੇ ਜ਼ਮਾਨੇ ਦੀਆਂ ਪਛਾਵਿਆਂ ਨੂੰ ਪਹਿਲਾਂ ਪਛਾਣ ਜਾਂਦੀਆਂ। ਸੰਤ ਪੂਰਨ ਸਿੰਘ ਜੀ ਫਿੰਗਰਵਾੜੇ ਵਾਲੇ, ਉਹਨਾਂ ਨੇ ਕਿਸੇ ਜ਼ਮਾਨੇ ਵਿੱਚ ਕਿਹਾ ਸੀ ਕਿ ਸਾਲ 1990 ਤੋਂ ਉਪਰੰਤ ਇੰਨੀ ਭੀੜ ਹੋ ਜਾਏਗੀ ਕਿ ਅਸੀਂ ਇੱਕ ਦੂਜੇ ਨਾਲ ਵੱਜ ਕੇ ਖਤਮ ਹੁੰਦੇ ਜਾਵਾਂਗੇ, ਜ਼ਖਮੀ ਹੁੰਦੇ ਜਾਵਾਂਗੇ, ਦੁਖੀ ਹੁੰਦੇ ਜਾਵਾਂਗੇ। ਉਹ ਤੀਬਰ ਗਤੀ ਦਾ ਸਮਾਂ ਉਹ ਹੈ ਜਿਹਦੇ ਵਿੱਚ ਅਸੀਂ ਵਿਚਰ ਰਹੇ ਹਾਂ, ਔਰ ਇਸੇ ਤੀਬਰ ਗਤੀ ਦੇ ਪ੍ਰਭਾਵਾਂ ਹੇਠ ਮੇਰੇ ਛੋਟੇ ਭਰਾ ਦਾ ਡਾਕਟਰ ਗੁਰਬਖਸ਼ ਸਿੰਘ ਜੀ ਸਦੀਪੀ ਵਿਛੋੜਾ ਦੇ ਗਏ। ਉਹ ਸੈਰ ਕਰਕੇ ਆ ਰਹੇ ਨੇ, ਪਿੱਛੋਂ ਟੱਕਰ ਵੱਜ ਗਈ ਤੇ ਸਿਰ ਚ ਸੱਟ ਲੱਗੀ। ਸਾਰੇ ਜਾਣਦੇ ਨੇ ਲੰਮਾ ਸਮਾਂ ਬਿਮਾਰੀ ਆਈ, ਕਸ਼ਟ ਹੋ ਗਿਆ। ਪਰਿਵਾਰ ਨੇ ਤਹਿ ਦਿਲੋਂ ਸੇਵਾ ਕੀਤੀ, ਬੱਚਿਆਂ ਨੇ ਕਿਸੇ ਕਿਸਮ ਦੀ ਕੋਈ ਅਣਗਹਿਲੀ ਨਹੀਂ ਕੀਤੀ, ਪਰ ਫਿਰ ਵੀ ਇਸ ਨੂੰ ਅਸੀਂ ਸਤਿਗੁਰ ਦਾ ਹੁਕਮ ਕਰਕੇ ਹੀ ਮੰਨਣਾ ਪਏਗਾ ਸਾਨੂੰ, ਕਿਉਂਕਿ ਜਿੰਨਾ ਕਸ਼ਟ ਉਹਨਾਂ ਨੇ ਭੋਗਿਆ, 3 ਸਾਲ ਲਗਾਤਾਰ ਸੇਵਾ ਕਰਵਾਈ। ਥੋੜ੍ਹੇ ਦਿਨ ਹੋਏ ਮੈਂ ਇਹਨਾਂ ਦਾ ਪਤਾ ਲੈਣ ਗਿਆ ਅਤੇ ਥੋੜ੍ਹਾ ਵਾਕਰ ਨਾਲ ਚੱਲਦੇ ਮੈਨੂੰ ਮਿਲੇ, ਹੱਸ ਕੇ ਬੋਲੇ, ਥੋੜ੍ਹਾ ਜਿਹਾ ਆਵਾਜ਼ ਨਿਕਲਦੀ ਸੀ। ਮੈਂ ਪੁੱਛਿਆ, ਮੈਂ ਡਾਕਟਰ ਸਾਹਿਬ ਕੀ ਹਾਲ ਹੈ ਜ਼ਿੰਦਗੀ ਦਾ?
ਚੜ੍ਹਦੀ ਕਲਾ ਕੋਲੇ ਕੋਈ ਗੱਲ ਨਹੀਂ, ਮੈਂ ਠੀਕ ਹੈ। ਪਰ ਕੁਛ ਦਿਨਾਂ ਬਾਅਦ ਹੀ ਮੈਨੂੰ ਉਹਨਾਂ ਦਾ ਛੋਟਾ ਬੇਟਾ ਮਿਲਿਆ ਤੇ ਮੈਂ ਪੁੱਛਿਆ, ਮੈਂ ਹੈ ਕਾਕੇ ਵੀਰੇ ਦਾ ਕੀ ਹਾਲ ਹੈ? ਕਹਿਣ ਲੱਗਾ ਕੋਈ ਹਾਲ ਨਹੀਂ। ਔਰ ਉਸ ਦਿਨ ਸ਼ਾਮ ਨੂੰ ਹੀ ਖਬਰ ਆ ਗਈ ਕਿ ਡਾਕਟਰ ਸਾਹਿਬ ਸਰੀਰ ਨੂੰ ਛੋੜ ਰਹੇ। ਡਾਕਟਰ ਸਾਹਿਬ ਦੇ ਪਿਤਾ ਜੀ ਸਰਦਾਰ ਤੇਜਾ ਸਿੰਘ ਜੀ ਵਾਰ ਵਾਰੇ ਕਰਕੇ ਵੱਜਦੇ ਸੀ। ਉਹਨਾਂ ਦੇ ਇੱਕ ਭਰਾਤਾ ਭਾਈ ਠਾਕਰ ਸਿੰਘ ਜੀ ਤੇ ਦੋਨੇ ਪਿੰਡ ਵਾਹੀ ਕਰਦੇ ਸਨ। ਪਰ ਸਰਦਾਰ ਠਾਕਰ ਸਿੰਘ ਦਾ ਇੰਟਰੈਸਟ ਬਾਗਬਾਨੀ ਵਿੱਚ ਜ਼ਿਆਦਾ ਸੀ। ਉਹ ਇਸ ਸੰਬੰਧ ਦੇ ਵਿੱਚ ਹੀ ਰੋਜ਼ੀ ਰੋਜ਼ੀ ਦੇ ਸੰਬੰਧ ਵਿੱਚ ਉਹ ਪਿੰਡ ਇੱਥੇ ਹੈ, ਛੋਟਾ ਜਿਹਾ ਪਿੰਡ ਹੈ ਤਰਨ ਤਾਰਨ ਰੋਡ ਦੇ ਉੱਤੇ ਗੁਆਂਵਾਲ ਜਾਂਦੀ, ਉੱਥੇ ਚਲੇ ਗਏ ਸੰਘੇ। ਉਹਨਾਂ ਦਾ ਇੱਕ ਬੇਟਾ ਗੰਗਾ ਸਿੰਘ ਉਹ ਮੇਰਾ ਪੜ੍ਹਦਾ ਹੁੰਦਾ ਸੀ। ਔਰ ਇਹਨਾਂ ਸਾਰਿਆਂ ਹੀ ਭਰਾਵਾਂ ਤੋਂ ਡਾਕਟਰ ਗੁਰਬਖਸ਼ ਸਿੰਘ, ਹਰਭਜਨ ਸਿੰਘ ਤੇ ਕਰਤਾਰ ਸਿੰਘ ਤੇ ਦਿਆਲ ਸਿੰਘ, ਇਹਨਾਂ ਸਾਰਿਆਂ ਤੋਂ ਇਹ ਵੱਡਾ ਸੀ, ਉਹ ਮੇਰੇ ਨਾਲ ਪੜ੍ਹਦਾ ਸੀ। ਇਹ ਮੇਰੇ ਸਾਰੇ ਛੋਟੇ ਵੀਰੇ ਨੇ ਔਰ ਜੋ ਵੀ ਗਾਈਡੈਂਸ, ਦੇਖੋ ਮੈਂ ਆਮ ਤੌਰ 'ਤੇ ਗੱਲ ਕਰਦਾ ਹੁੰਦਾ, ਹੁਣੇ ਗੱਲ ਹੋਈ ਹੈ ਕਿ ਸਾਡੀ ਸ਼ਖਸੀਅਤ ਵਿੱਚ ਦੋ ਪੱਖ ਜਿਹੜੇ ਨੇ ਉਹ ਬਹੁਤ ਵੱਡੇ ਅਹਿਮ ਹੁੰਦੇ ਨੇ। ਇੱਕ ਹੁੰਦੇ ਸਾਡੇ ਸੰਸਕਾਰ, ਸਾਡੀ ਇਹਨੂੰ ਅੰਗਰੇਜ਼ੀ ਬੋਲਦੇ ਨੇ ਹੈਰੀਡਿਟੀ, ਸਾਡੀ ਹੈਰੀਡਿਟੀ, ਸਾਡੀ ਵੰਸ਼ ਪਰੰਪਰਾ। ਇਹ ਦੂਜਾ ਹੁੰਦਾ ਹੈ ਵਾਤਾਵਰਨ। ਵਾਤਾਵਰਨ ਨੇ 85% ਕਾਰਜ ਕਰਨਾ ਹੁੰਦਾ ਹੈ ਵਿਅਕਤੀ ਦੀ ਸ਼ਖਸੀਅਤ ਦੀ ਪ੍ਰਫੁੱਲਤਾ ਵਿੱਚ, ਜਦੋਂ ਕਿ ਵੰਸ਼ ਪਰੰਪਰਾ 15% ਕੰਮ ਕਰਦੀ ਹੈ। ਔਰ ਜਿਨ੍ਹਾਂ ਬੱਚਿਆਂ ਨੂੰ ਇਹ ਦੋਵੇਂ ਹੀ ਹਾਮਾਜਿਕ ਰੂਪ ਵਿੱਚ ਪੱਖ ਮਿਲ ਜਾਣ, ਉਸ ਤੋਂ ਵੱਡਾ ਭਾਰਤੀ ਸਾਡੀ ਕੋਈ ਨਹੀਂ ਹੁੰਦਾ। ਸੋ ਸਾਰੇ ਜਾਣਦੇ ਨੇ ਕਿ ਡਾਕਟਰ ਸਾਹਿਬ ਨੇ ਇਸ ਪਰਿਵਾਰ ਨੂੰ ਕਿੰਨੀਆਂ ਵਧੀਆ ਨੀਹਾਂ ਉੱਤੇ ਅੱਗੇ ਤੋਰਿਆ ਔਰ ਅੱਛੀਆਂ ਅੱਛੀਆਂ ਪੋਸਟਾਂ 'ਤੇ ਕਾਰਜ ਕਰ ਰਹੇ ਨੇ। ਲੰਮਾ ਸਮਾਂ ਉਹਨਾਂ ਨੇ ਸੈਨਿਕ ਸੇਵਾ ਨਿਭਾਈ ਔਰ ਉਸ ਤੋਂ ਉਪਰੰਤ ਉਹਨਾਂ ਨੇ ਡਾਕਟਰੀ ਦੀ ਦੁਕਾਨ ਜਿਹੜੀ ਹੈ ਉਹ ਪਰਪਕਾਰਾਂ ਦੇ ਰੂਪ ਵਿੱਚ, ਬੜੇ ਸਸਤੇ ਰੂਪ ਵਿੱਚ ਉਹਨਾਂ ਨੇ ਮਰੀਜ਼ਾਂ ਦੀ ਸੇਵਾ ਕੀਤੀ। ਮਰੀਜ਼ਾਂ ਦੀ ਸੇਵਾ ਕਰਦੇ ਰਹੇ ਔਰ ਖੁਦ ਮਰੀਜ਼ ਬਣ ਕੇ ਸਾਡੇ ਹੱਥੋਂ ਸਦੀਵੀ ਨਿਕਲ ਗਏ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਿੱਛੇ ਬੱਚਿਆਂ ਨੂੰ ਔਰ ਪਰਿਵਾਰ ਨੂੰ ਪਾਣਾ ਮੰਨਣਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਡੀਐਸਸੀ ਸਰਦਾਰ ਨਰਮਲ ਸਿੰਘ, ਡੀਐਫਓ ਰਕਮਿੰਦਰ ਸਿੰਘ, ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਡੇਰੇ ਤੋਂ, ਸਾਡੇ ਵਿੱਚ ਬਾਬਾ ਸਰਵਨ ਸਿੰਘ ਜੀ, ਮਦਾਨ ਜੀ ਪ੍ਰਧਾਨ ਬਾਪੂ ਨਗਰ ਕੌਂਸਲ, ਗੁਰਿੰਦਰ ਸਿੰਘ ਢਿੱਲੋਂ, ਰਾਣਾ ਵੀਰ ਜੀ ਢਿੱਲੋਂ ਸਾਹਿਬ ਅਤੇ
ਪ੍ਰਧਾਨ ਸਾਹਿਬ ਵੀ ਕਿਵੇਂ ਤੋਂ ਅਤੇ ਸਮੂਹ ਬੱਚੇ ਹੈ ਪ੍ਰਧਾਨ ਸਾਰਿਆਂ ਦਾ, ਹੋਰ ਵੀ ਇੱਥੇ ਬਹੁਤ ਸਾਰੀਆਂ ਸ਼ਖਸ਼ੀਤਾਂ, ਮਹਾਨ ਸ਼ਖਸ਼ੀਤਾਂ ਬੈਠੀਆਂ ਨੇ। ਮੈਂ ਜ਼ਿਆਦਾ ਸਮਾਂ ਨਾ ਲੈਂਦਾ, ਮੈਂ ਭਾੜੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਆ ਕੇ ਸ਼ਰਧਾ ਦੇ ਫੁੱਲ ਭੇਟ ਕਰਨ, ਅਤੇ ਟਾਈਮ ਕਹਿੰਦੇ ਨੇ ਬਹੁਤ ਥੋੜ੍ਹਾ ਵਾ, ਇਸ ਕਰਕੇ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੌਮਾਨੀ ਸਮਾਂ ਬਾਬਾ ਜੀ ਸਾਡੇ ਆਲਗੜ ਸਿੰਘ ਜੀ ਜੋ ਆਪਾਂ ਨੂੰ ਜੀਵਨ ਛੋੜਾ ਦੇ ਚਲੇ ਗਏ ਹਨ, ਉਹਨਾਂ ਦੀ ਅੰਤਮ ਅਰਦਾਸ ਸ਼ਾਮਿਲ ਕਰਦਾ ਹੈ। ਮੌਤ ਵਿਕਲਪ ਚਾਹੀਦਾ ਜਿਸ ਨੂੰ ਇਨਸਾਨ ਦਾ ਜਨਮ ਹੋਇਆ, ਮੌਤ ਦਾ ਮੌਸਮ ਇਸ ਤੋਂ ਜੁਦਾ ਹੈ। ਗੁਰਬਾਣੀ ਵਿੱਚ ਜਿਹੜਾ ਮਰਨ ਲਿਖਾਏ ਮੰਡਲ ਮੈਂ, ਪਰ ਅੱਜ ਤੱਕ ਉਹਨਾਂ ਦੀ ਕੋਈ ਸਹਿਮਤ ਨਹੀਂ ਸੁਣ ਸਕੀ ਮੌਤ ਕਰਨ ਵਾਸਤੇ ਕਿਸ ਤਰ੍ਹਾਂ ਆਉਣਾ ਹੈ। ਗੁਰਬਾਣੀ ਸਪਸ਼ਟ ਹੈ ਕਿ ਆ ਜਾਣਾ ਕਿ ਮਰੀ ਦੇ ਕੈਸਾ ਮਰਨਾ। ਸੋ ਉਸ ਗੁਰਬਾਣੀ ਦੇ ਆਸ਼ੇ ਮੁਤਾਬਕ ਜੋ ਸਵਾਸਾ ਦੀ ਪੂੰਜੀ ਲੈ ਕੇ ਸਾਡੇ ਬਹੁਤ ਸਤਿਕਾਰ ਸਵਾਲ ਗੁਰਬਖਸ਼ ਸਿੰਘ ਜੀ ਇਸ ਦੁਨੀਆਂ 'ਤੇ ਆਏ, ਉਹ ਆਪਣੀ ਸਵਾਸਾ ਦੀ ਪੂਰੀ ਪੂੰਜੀ ਪੂਰੀ ਕਰਕੇ ਹਮੇਸ਼ਾ ਹੀ ਸਾਰੇ ਅਲਵਿਦਾ ਕਰਕੇ ਚਲੇ ਗਏ। ਉਹਨਾਂ ਜੀਵਨ ਤੋਂ ਦਰਸ਼ਨ ਪ੍ਰਵਾਜ ਨਹੀਂ ਹੈ, ਮੇਰੇ ਤੋਂ ਪਹਿਲਾਂ ਉਮੀਦਵਾਰ ਗਈਆਂ ਨੇ, ਅਤੇ ਜੋ ਵੀ ਸੰਗਤਾਂ ਦੇ ਵਿੱਚ ਹੈ, ਰਿਸ਼ਤੇਦਾਰ ਰੂਪ ਵਿੱਚ, ਸੱਜਣਾਂ ਦੇ ਰੂਪ ਵਿੱਚ, ਆਂਢ ਗੁਆਂਢ ਰੂਪ ਜੋ ਇੱਥੇ ਬੈਠੇ ਹੋ, ਉਹ ਸਾਰੇ ਭਾਈ ਭਾਵ ਜਾਣਦੇ ਉਸ ਰਾਜ ਦੇ ਸੁਭਾਅ ਤੋਂ ਕਿਰਤਨ ਦੀ ਨਾਮ ਜਪਣਾ, ਮੰਨ ਕੇ ਛਕਣਾ, ਇੱਕ ਉਹਨਾਂ ਦੀ ਮਿਹਨਤ ਦਾ ਅਤੇ ਸੱਚਾਈ ਦੇ ਨਤੀਜੇ ਜੋ ਵੀਰ ਹਰਮਿੰਦਰ ਸਿੰਘ ਹੋਣੀ, ਜੋ ਕਿ ਮੇਰੇ ਛੋਟੇ ਵੀਰ ਭੁਪਿੰਦਰ ਸਿੰਘ ਦੇ ਬਹੁਤ ਜ਼ਿੰਦਗੀ ਸਾਥੀ ਨੇ, ਬਹੁਤ ਪ੍ਰੇਮ ਉਹਨਾਂ ਦਾ, ਘਰੇਲੂ ਪ੍ਰੇਮ ਹੈ ਉਹਨਾਂ ਦਾ, ਉਹਨਾਂ ਦੀਆਂ ਨਿਸ਼ਾਨੀਆਂ ਨੇ ਜੋ ਉਹਨਾਂ ਨੇ ਇਸ ਸਮਾਜ ਨੂੰ ਵਧੀਆ ਰੂਪ ਵਿੱਚ ਦਿੱਤੀਆਂ ਨੇ। ਮੈਂ ਜ਼ਿਆਦਾ ਕੋਈ ਨਾਂ ਕੀਤਾ, ਉਸ ਵਿਸ਼ਨੂੰ ਨੂੰ ਜੋ ਸਾਡੇ ਸਭ ਵਿਸ਼ ਚੁੱਕੇ ਨੇ, ਉਹ ਉਸ ਪਰਮਾਤਮਾ ਨੂੰ ਚਾਰ ਨਹੀਂ ਚੱਲਦਾ ਕਿ ਠੱਕ ਸੋਨਾ ਜ਼ਿਆਦਾ ਤਾਕੋ ਕੀਜੇ ਸਭ ਨਮਸਕਾਰਾਂ, ਉਹ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹੋਏ ਅਰਦਾਸ ਕਹਿੰਦੇ, ਸੱਚੇ ਪਾਤਸ਼ਾਹ ਉਸ ਵਿਸ਼ਨੂੰ ਨੂੰ ਆਪਣੇ ਚਰਨਾਂ ਨੂੰ ਮਾਫ਼ ਬਖਸ਼ੀ, ਪਿੱਛੋਂ ਪਰਿਵਾਰ ਨੂੰ ਸੱਜਣਾ ਮਿੱਤਰਾਂ ਸਹੀਆਂ ਨੂੰ ਭਾਣਾ ਮਨ ਦਾ ਬਲ ਬਖਸ਼ੀ, ਇਹਨਾਂ ਦੀਆਂ ਰਕਮਾਂ ਜਾਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਸਾਰਿਆਂ ਬਹੁਤ ਬਸ ਮਾਫ਼ੀ ਮੰਗਦੇ ਹਾਂ, ਸਮੇਂ ਦੀ ਘਾਟ ਦਾ ਦੂਰ ਦੂਰ ਰਿਸ਼ਤੇਦਾਰਾਂ ਨੇ ਜਾਣਾ ਵਾ, ਠੰਡ ਦਾ ਮੌਸਮ ਹੈ। ਮੈਂ ਮੰਤਰੀ ਸਾਹਿਬ ਨੂੰ, ਜੀਜਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਸਰਦਾਰ ਗੁਰਬਖਸ਼ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਜੀਜਾ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੋਧ ਵਿੱਚ ਸੋਮਵਾਰ ਸਮਾਗਮ ਦੇ ਕੱਪੜ ਹੋਈ ਸਾਧ ਸੰਗਤ, ਆਓ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬਣਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਖਾਏ ਮੰਡਲ ਮੈਂ ਆਏ ਤੇ ਮਾਂ ਬਾਪਾਂ ਅਨੁਸਾਰ ਸਾਡੇ ਬੜੇ ਸਤਿਕਾਰਯੋਗ ਮਾਨ ਯੋਗ ਡਾਕਟਰ ਗੁਰਬਖਸ਼ ਸਿੰਘ ਜੀ, ਜੋ ਪਿਛਲੇ ਦਿਨੀ ਸਾਨੂੰ ਅੰਤਮ ਛੋੜਾ ਦੇ ਗਏ ਹਨ, ਉਹਨਾਂ ਦੀ ਅੰਤਮ ਅਰਦਾਸ ਵਿੱਚ ਰਿਸ਼ਤੇਦਾਰ, ਸਾਥ ਸੰਬੰਧੀ,
ਸਾਡੇ ਮਿੱਤਰ ਇਕੱਤਰ ਹੋਏ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਏ ਨੇ, ਕੀਰਤਨ ਹੋਇਆ, ਮੇਰੇ ਤੋਂ ਪਹਿਲਾਂ ਬੁਲਾਇਆ ਨੇ, ਉਹਨਾਂ ਨੇ ਜੀਵਨ ਬਾਰੇ ਬਹੁਤ ਕੁਛ ਦੱਸਿਆ। ਮੈਨੂੰ ਵੀ ਹੁਕਮ ਹੋਇਆ ਕਿ ਮੈਂ 2 ਮਿੰਟ ਕੁਛ ਸ਼ਬਦ ਕਵਾਂ। ਮੈਂ ਸਮਝਦਾ ਅੱਜ ਅਮਰਿੰਦਰ ਸਿੰਘ, ਦਵਿੰਦਰ ਸਿੰਘ, ਦਵਿੰਦਰ ਸਿੰਘ ਤੇ ਉਹਨਾਂ ਦੀ ਬੇਟੀ ਦਵਿੰਦਰ ਕੌਰ, ਉਹਨਾਂ ਦੇ ਦਿਮਾਗ ਸਰਦਾਰ ਗੁਰਮੀਤ ਸਿੰਘ ਜੀ ਔਰ ਸਾਡੀ ਬੇਟੀਆਂ ਸਮਾਨ ਪੰਨ ਸਰਵਜੀਤ ਪਰਮਜੀਤ ਕੌਰ, ਸਰਵਜੀਤ ਕੌਰ, ਸਾਰੇ ਹੀ ਪਰਿਵਾਰ ਨੂੰ ਬੜਾ ਕਹਿ ਕੇ ਹੈ ਜਿਹੜਾ ਸਦਮਾ ਹੈ, ਕਿਉਂਕਿ ਇੱਕ ਪਰਿਵਾਰ ਹੈ ਇੱਕ ਬਗੀਚੀ ਦੀ ਤਰ੍ਹਾਂ, ਤੇ ਜਦੋਂ ਬਗੀਚੀ ਦੇ ਵਿੱਚੋਂ ਕੋਈ ਨੇਰੀ ਆ ਜਾਏ, ਝੱਖੜ ਆ ਜਾਏ, ਕੋਈ ਪੱਕਾ ਫੁੱਲ ਵੀ ਟੁੱਟਦਾ ਤੇ ਉਹ ਟਾਹਣੀ ਸਿੰਮਦੀ। ਅੱਜ ਇਸ ਪਰਿਵਾਰ ਦੀ ਫਲਵਾਰੀ ਦਾ ਮਾਲਕ ਡਾਕਟਰ ਗੁਰਪਾਲ ਸਿੰਘ ਜੀ, ਜਿਹਨਾਂ ਨੇ ਇਸ ਫਲਵਾਰੀ ਨੂੰ ਬਣਾਉਣ ਦੇ ਲਈ, ਸਾਜਣ ਦੇ ਲਈ ਬਹੁਤ ਮਿਹਨਤ ਕੀਤੀ ਹੈ। ਮੈਂ ਸੋਚ ਰਿਹਾ ਸੀ ਕਿ ਇਸ ਪਿੰਡ ਦੀ ਭਾਵੇਂ ਮਹਾਨ ਸ਼ਖਸੀਅਤ ਕੈਰੋ ਸਾਹਿਬ, ਜਿਹੜੇ ਜਿਹਨਾਂ ਨੇ ਨਾਮ ਬਣਾਇਆ ਬੜਾ ਕੈਰੋ ਪਿੰਡ ਦਾ, ਉਹ ਚੀਫ ਮਿਨਿਸਟਰ ਰਹੇ ਔਰ ਉਸੇ ਨਗਰ ਦੇ ਵਿੱਚੋਂ ਡਾਕਟਰ ਸਾਹਿਬ ਨੇ, ਜਦੋਂ ਕਿ ਐਜੂਕੇਸ਼ਨ ਉਹ ਸਮੇਂ ਬਹੁਤ ਘੱਟ ਹੁੰਦੀ ਸੀ ਤੇ ਇੱਥੋਂ ਜਾ ਕੇ ਫੌਜ ਦੇ ਵਿੱਚ ਨੌਕਰੀ ਕੀਤੀ ਤੇ ਨੌਕਰੀ ਕਰਕੇ ਡਾਕਟਰ ਦੀ ਡਿਊਟੀ ਜਿਹੜੀ ਨਿਭਾਈ, ਇਹ ਬੜੀ ਅਹਿਮ ਗੱਲ ਸੀ ਔਰ ਜਾਣਾ ਸਭ ਨੇ ਆ, ਕਿਉਂਕਿ 3 ਸੱਸੇ ਨੇ ਸਮਾਂ, ਸਥਾਨ ਤੇ ਸਬਬ, ਇਹ 3 ਚੀਜ਼ਾਂ ਕਦੋਂ ਲਿਖੀਆਂ ਜਾਂਦੀਆਂ ਪੁਰਾਣੀਆਂ ਤੇ ਦੁਨੀਆਂ ਤੇ ਆਇਆ ਨਹੀਂ ਹੁੰਦਾ, ਕਿਹੜਾ ਸਮਾਂ ਹੋਣਾ ਹੈ, ਕੀ ਸਬਬ ਬਣਨਾ ਹੈ ਤੇ ਕਿਹੜਾ ਸਥਾਨ ਹੋਣਾ, ਇਹ 3 ਚੀਜ਼ਾਂ ਦਾ ਕਿਸੇ ਨੂੰ ਪਤਾ ਨਹੀਂ ਤੇ ਉਹ ਜਦੋਂ ਸਮਾਂ ਬਣ ਜਾਂਦਾ, ਸਬੱਬ ਬਣ ਜਾਂਦਾ, ਉਹ ਸਥਾਨ ਆ ਜਾਂਦਾ ਤੇ ਪਾਣੀ ਦੁਨੀਆਂ ਤੋਂ ਚਲਾ ਜਾਂਦਾ। ਚਲੇ ਜਾਣ ਤੋਂ ਬਾਅਦ ਆਪਾਂ ਵਿਚਾਰਾਂ ਕਰਦੇ ਹਾਂ ਬੈਠ ਕੇ ਕਿ ਪੁਰਾਣੀ ਦੁਨੀਆਂ ਤੇ ਆਇਆ ਸੀ, ਕੀ ਕੁਝ ਪਾ ਗਿਆ ਤੇ ਕੀ ਕੁਝ ਗਵਾ ਗਿਆ। ਮੈਂ ਕਹਿੰਦਾ ਸਰਦਾਰ ਗੁਰਬਾਈ ਸਿੰਘ ਜੀ ਕੁਝ ਗਵਾ ਕੇ ਨਹੀਂ ਗਏ, ਕੁਝ ਪਾ ਕੇ ਗਏ ਨੇ, ਕਿਉਂਕਿ ਗੁਰੂ ਘਰ ਦੇ ਸੇਵਾਦਾਰ ਸਨ ਔਰ ਪਰਿਵਾਰ ਦੇ ਵਿੱਚ ਉਹਨਾਂ ਜਿਸ ਤਰੀਕੇ ਦੇ ਨਾਲ ਆਪਦੇ ਪਰਿਵਾਰ ਨੂੰ ਸਮਾਜ ਦੇ ਵਿੱਚ ਅੱਗੇ ਵਧਣ ਲਈ ਸਾਰੇ ਹੀ ਬੱਚਿਆਂ ਨੂੰ ਬਹੁਤ ਹੀ ਮਿਹਨਤ ਕਰਕੇ, ਉਪਰਾਲਾ ਕਰਕੇ, ਭਾਵੇਂ ਇਸ ਪਰਿਵਾਰ ਦੇ ਨਾਲ ਮੇਰੇ ਥੋੜੇ ਹੀ ਸਮੇਂ ਤੋਂ, ਕਿਉਂਕਿ ਸਾਡੀ ਬੇਟੀ ਜਿਹੜੀ ਉੱਥੇ ਜਾ ਕੇ ਮਾਪੂ ਦੇ ਵਿੱਚ ਨਿਹੋ ਲੱਗੀ ਤੇ ਉਸ ਵਕਤ ਉਹਨਾਂ ਦੀ ਦਲੇਰੀ ਨਾਲ ਕੰਮ ਕਰਨਾ, ਮਿਹਨਤ ਕਰਨੀ, ਇਮਾਨਦਾਰੀ ਦੇ ਨਾਲ ਕੰਮ ਕਰਨ ਦੇ ਨਾਲ ਇਸ ਪਰਿਵਾਰਕ ਸੰਬੰਧ ਬਣੇ, ਪਿਆਰ ਬਣਿਆ ਤੇ ਅੱਜ ਇੱਥੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੈਨੂੰ ਸਮਾਂ ਮਿਲਿਆ। ਮੈਂ ਸਮਝਦਾ ਕਿ ਇੱਥੇ ਆਉਣ ਦਾ ਸਾਡਾ ਇਹ ਲਾਭ ਹੈ, ਜਿਵੇਂ ਇੱਥੇ ਅੱਗੇ ਵੀ ਦੱਸਿਆ ਗਿਆ ਹੈ ਕਿ ਅਸੀਂ ਸਾਰੇ ਇੱਕ ਮਨ ਬਣਾਈਏ ਕਿ ਸਮਾਜ ਦੀਆਂ ਤਰੀਕੀਆਂ ਨੇ ਜਿਹੜੀ ਉਹਨਾਂ ਨੂੰ ਅਸੀਂ ਕਿਵੇਂ ਦੂਰ ਕਰਨਾ ਹੈ। ਤੇ ਪੁੱਤਰ ਬੱਚੇ ਜਿਹੜੇ ਹੁੰਦੇ ਨੇ 3 ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦਾ ਪੁੱਤ,
ਪੁੱਤਰ ਇੱਕ ਹੁੰਦਾ ਸਪੁੱਤਰ ਤੇ ਇੱਕ ਹੁੰਦਾ ਸਪੁੱਤਰ। ਪੁੱਤਰ ਕਿਹਨੂੰ ਕਿਹਾ ਜਾਂਦਾ? ਜਿਹੜਾ ਮਾਤਾ ਪਿਤਾ ਦੀ ਇੱਜ਼ਤ ਨੂੰ ਬਰਕਰਾਰ ਰੱਖਦਾ ਉਹਨੂੰ ਪੁੱਤਰ ਕਿਹਾ ਜਾਂਦਾ। ਸਪੁੱਤਰ ਕਿਵੇਂ ਕਿਹਨੂੰ ਕਿਹਾ ਜਾਂਦਾ? ਜਿਵੇਂ ਇਹਨਾਂ ਦੇ ਬੱਚਿਆਂ ਨੇ, ਇਹਨਾਂ ਦੀਆਂ ਨੂੰਹਾਂ ਨੇ, ਇਹਨਾਂ ਦੇ ਜਵਾਈ ਸਰਦਾਰ ਰਣਜੀਤ ਸਿੰਘ ਜੀ ਜੋ ਸਾਡੇ ਏਰੀਆ ਦੇ ਨੇ, ਬੜੀ ਬੜੇ ਪਿਆਰ ਵਾਲੇ ਨੇ, ਇਹਨਾਂ ਸਾਰਿਆਂ ਹੀ ਬੱਚਿਆਂ ਨੇ ਉਹਨਾਂ ਦੇ ਨਾਮ ਨੂੰ ਰੋਸ਼ਨ ਕੀਤਾ, ਇਹਨਾਂ ਨੂੰ ਸਪੁੱਤਰ ਕਿਹਾ ਜਾਂਦਾ। ਪਰ ਸਪੁੱਤਰ ਕਿਹਨਾਂ ਨੂੰ ਕਿਹਾ ਜਾਂਦਾ? ਜਿਹੜੇ ਗਲਤ ਰਸਤੇ ਤੇ ਪੈ ਜਾਂਦੇ ਨੇ ਔਰ ਗਲਤ ਕੰਮ ਕਰਕੇ ਉਹ ਮਾਤਾ ਪਿਤਾ ਦੇ ਨਾਮ ਨੂੰ ਜਿਹੜਾ ਉਹ ਖਰਾਬ ਕਰਦੇ ਨੇ ਉਹਨਾਂ ਨੂੰ ਕਬੂਤਰ ਕਿਹਾ ਜਾਂਦਾ। ਔਰ ਡਾਕਟਰ ਬਣ ਜਾਣਾ, MLA ਬਣ ਜਾਣਾ, ਵਜ਼ੀਰ ਬਣ ਜਾਣਾ, ਚੀਫ ਮਿਨਿਸਟਰ ਬਣ ਜਾਣਾ, ਉਹ ਛੋਟੀ ਚੀਜ਼ ਹੈ, ਅਨਸਾਨ ਮੰਨਣਾ ਗਿਆ ਬਹੁਤ ਵੱਡੀ ਗੱਲ ਹੈ। ਜਿਸ ਪਵਿੱਤਰ ਸਥਾਨ ਤੇ ਅਸੀਂ ਬੈਠੇ ਹਾਂ, ਚਾਰ ਸਾਹਿਬ ਸਾਡੇ ਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ ਹੈ। ਜਦੋਂ ਧਰਤੀ ਨੇ ਪੁਕਾਰ ਕੀਤੀ ਕਿ ਇੱਥੇ ਅਨਸਾਨ ਨਹੀਂ ਹੈ, ਹਵਾਨ ਬਣ ਗਏ ਨੇ, ਤੇ ਗੁਰੂ ਸਾਹਿਬ ਆਪ ਧਰਤੀ ਤੇ ਪ੍ਰਮਾਤਮਾ ਆਪ ਆਇਆ ਤੇ ਉਹਨਾਂ ਨੇ ਇਨਸਾਨ ਨੂੰ ਇਨਸਾਨ ਬਣਾਉਣ ਦੇ ਲਈ, ਇਨਸਾਨ ਬਣਾਉਣ ਦੇ ਲਈ ਜਿਹੜਾ ਇਹ ਰਸਤਾ ਅਪਣਾਇਆ, ਉਸ ਵਕਤ ਦੇ ਜਾਲ ਨੂੰ, ਬਾਬਰ ਨੂੰ ਜਾਲ ਨੂੰ ਕਹਿਣਾ ਬੜੀ ਵੱਡੀ ਗੱਲ ਸੀ। ਚਾਹੇ ਉਹਨਾਂ ਨੂੰ ਚੱਕੀ ਪੇਸਣੀ ਪਈ, ਔਰ ਜੇ ਬੰਦਾ ਸੌਖਾ ਬਣਦਾ ਹੁੰਦਾ, ਇਨਸਾਨ ਸੌਖਾ ਬਣਦਾ ਹੁੰਦਾ ਤੇ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੀ ਚੱਕੀ ਨਹੀਂ ਸੀ ਪੇਸਣੀ ਪੈਣੀ। ਜੇ ਇਨਸਾਨ ਸੌਖਾ ਬਣਦਾ ਹੁੰਦਾ ਤੇ ਗੁਰੂ ਅਰਜਨ ਦੇਵ ਨੂੰ ਤੱਤੀ ਕਵੀ ਤੇ ਬੈਠ ਕੇ ਸ਼ਹੀਦ ਨਹੀਂ ਸੀ ਹੋਣਾ ਪੈਣਾ। ਔਰ ਜੇ ਇਨਸਾਨ ਸੌਖਾ ਬਣਦਾ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿੱਚ ਜਾ ਕੇ ਸੀਸ ਨਹੀਂ ਸੀ ਦੇਣਾ। ਔਰ ਜੇ ਇਨਸਾਨ ਸੌਖਾ ਬਣਦਾ ਹੁੰਦਾ ਤੇ ਮਾਤਾ ਗੁਜਰ ਕੌਰ ਤੇ ਸਾਡੇ 7 ਸਾਲ ਦੇ 9 ਸਾਲ ਦੇ ਬੱਚਿਆਂ ਨੂੰ ਅੱਜ ਦੇ ਦਿਨਾਂ ਦੇ ਵਿੱਚ ਜਾ ਕੇ ਠੰਡ ਦੇ ਵਿੱਚ ਉੱਥੇ ਠੰਡੇ ਬੁਰਜ ਵਿੱਚ ਬਹਿ ਕੇ ਔਰ ਉਹਨਾਂ ਨੀਹਾਂ 'ਚ ਬਹਿ ਕੇ ਸ਼ਹੀਦ ਨਹੀਂ ਸੀ ਹੋਣਾ ਪੈਣਾ। ਔਰ ਗੁਰੂ ਗੋਬਿੰਦ ਸਿੰਘ ਨੂੰ ਸਰਬੰਸ ਸਦਾਨੀ ਨੂੰ ਸਰਬੰਸ ਸਦਾ ਨਹੀਂ ਸੀ ਕਰਨਾ ਪੈਣਾ। ਇਸ ਲਈ ਇਨਸਾਨ ਬਣਨਾ ਜਿਹੜਾ ਉਹ ਬੜਾ ਔਖਾ ਹੈ। ਸਾਨੂੰ ਸਾਰਿਆਂ ਨੂੰ ਇੱਕ ਚੰਗੇ ਇਨਸਾਨ ਬਣਨਾ ਚਾਹੀਦਾ, ਜਿਵੇਂ ਡਾਕਟਰ ਸਾਹਿਬ ਇੱਕ ਚੰਗੇ ਇਨਸਾਨ ਸਨ। ਇਨਸਾਨ ਬਣਦੇ ਲਈ ਬਾਣੀ ਆਪ ਤੋਂ ਅੰਤ ਤੱਕ ਇੱਕ ਸ਼ਬਦ ਹੀ, ਜਿਵੇਂ ਇੱਥੇ ਰਾਗੀ ਸਿੰਘ ਵਿਆਖਿਆ ਕਰ ਰਹੇ ਸਨ, ਇੱਕ ਸ਼ਬਦ ਦੀ ਵੀ ਵਿਆਖਿਆ ਕਰੋ ਤਾਂ ਉਹਦੇ ਵਿੱਚ ਇੱਕੋ ਹੀ ਗੱਲ ਪੈਣ ਤੇ ਜਾਂਦੀ ਹੈ ਕਿ ਬੰਦਿਆਂ ਤੋਂ ਬੰਦਾ ਬਣਦਾ। ਬੰਦਾ ਬਣਨਾ ਹੀ ਬਹੁਤ ਔਖਾ ਜਿਹੜਾ ਕੰਮ ਹੈ ਤੇ ਬੰਦਾ ਬਣਾਉਣ ਦੇ ਲਈ ਸਾਡੇ ਗੁਰੂ ਸਾਹਿਬ ਸਾਨੂੰ ਕੀ ਕਹਿ ਗਏ। ਇੱਥੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੁਨਿਆਵੀ ਚੋਲਾ ਛੱਡਣ ਲੱਗੇ, ਹਾਜ਼ਰ ਨੇ ਜੋ ਵੀ ਕਹਿੰਦੇ ਦੁਨਿਆਵੀ ਚੋਲਾ ਛੱਡਣ ਲੱਗੇ, ਉੱਥੇ ਸ਼ਬਦ ਚਾਰ ਕੇ ਗਏ ਹੋਣੇ ਰਹਿਰਾਸ ਅਰਦਾਸ ਤੋਂ ਬਾਅਦ ਰਣਜੀਤ ਸਿੰਘ ਨੇ ਪੜਿਆ, ਕਹਿੰਦੇ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਆਏ ਤੇ ਗੁਰੂ ਮਾਨਿਓ ਗ੍ਰੰਥ। ਇਸ ਲਈ ਸਾਨੂੰ ਚੰਗੇ ਡਾਕਟਰ ਸਾਹਿਬ ਨੂੰ ਚੰਗੇ ਇਨਸਾਨ ਜਿਹੜਾ ਬਣਨਾ ਚਾਹੀਦਾ। ਮੈਂ ਆਪਦੇ ਵੱਲੋਂ, ਕਾਂਗਰਸ ਪਾਰਟੀ ਵੱਲੋਂ ਔਰ ਪਰਿਵਾਰ ਵੱਲੋਂ, ਤੁਸੀਂ ਸਾਰੇ ਆਪੁਰ ਸਾਹਿਬ ਵਾਲੇ ਇੱਥੇ ਆਏ ਹੋ, ਮੈਂ ਸਾਰਿਆਂ ਦਾ ਨਾਂ ਲੈਣ ਤੋਂ ਬਿਨਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ, ਕਿਉਂਕਿ ਸਿਆਣੇ ਕਹਿੰਦੇ ਨੇ ਦੁੱਖ ਵਿੱਚ ਸ਼ਾਮਲ ਹੋਈਏ ਤੇ ਦੁੱਖ ਘਟਦਾ, ਖੁਸ਼ੀ ਵਿੱਚ ਸ਼ਾਮਲ ਹੋਈਏ ਤਾਂ ਖੁਸ਼ੀ ਵੱਧਦੀ ਹੈ। ਅੱਜ ਤੁਸੀਂ ਸਾਰੇ ਹੀ ਪੈਰੋਂ ਪਰਿਵਾਰ ਦਾ ਦੁੱਖ ਘਟਾਉਣ ਦੇ ਲਈ ਇੱਥੇ ਪਹੁੰਚੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਨੂੰ ਵੱਧ ਘੱਟ ਵੱਧ ਬੋਲਿਆ ਗਿਆ ਹੋਵੇ, ਫੇਮਾ ਦਾ ਜਾਗਦਾ ਗੁਰੂ ਸਾਹਿਬ ਤੋਂ ਸੰਗਤ ਤੋਂ ਮਾਫੀ ਚਾਹੁੰਦਾ ਹੋਇਆ ਫਿਰ ਇੱਕ ਵਾਰ ਪਿਆਰ ਭਰੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿੰਨੇ ਮਰਜ਼ੀ ਆਪਾਂ ਕੁਰਬਾਨੀ ਦੇ ਹੱਥੇ ਕੱਢ ਲਈਏ, ਐਂਡ ਦੇ ਅਰਥ ਇੱਕੋ ਹੀ ਆ ਕਿ ਇਨਸਾਨ ਨੂੰ ਇਨਸਾਨ ਦਾ ਫਰਜ਼ ਚੰਗੇ ਕੰਮ ਕਰਨਾ, ਚੰਗੀ ਥਾਂ ਤੇ ਬੈਠਣਾ, ਗੁਰਬਾਣੀ ਪੜ੍ਹਨਾ। ਔਰ ਮੈਂ ਇੱਕ ਗੱਲ ਕਹੂੰਗਾ, ਭਾਵੇਂ ਕਿਸੇ ਨੂੰ ਗੁੱਸਾ ਨਾ ਲੱਗੇ, ਕਿ ਐਂਗਲ ਜੀ ਦੀ ਮੌਤ ਦਾ ਕਾਰਨ ਕੋਈ ਉਹਨਾਂ ਦੀ ਬੁਢਾਪਾ ਜਾਂ ਉਹਨਾਂ ਦੀ ਕੋਈ ਬਿਮਾਰੀ ਨਹੀਂ ਸੀ। ਉਹਨਾਂ ਦੀ ਮੌਤ ਦਾ ਕਾਰਨ ਬਣਿਆ ਐਕਸੀਡੈਂਟ। ਆਪਾਂ ਚਾਹੇ ਕੋਈ ਵੀ ਆ, ਆਪਾਂ ਚੰਡੀਗੜ੍ਹ ਜਾਂਦੇ ਹਾਂ ਤੇ ਜਦੋਂ ਖਰੜ ਪਹੁੰਚ ਗਏ ਨਾ ਤੇ ਮਿੰਟੋ ਮਿੰਟ ਬੈਲਟਾਂ ਲਾ ਲੈਂਦੇ ਹਾਂ ਤੇ ਮਿੰਟੋ ਮਿੰਟ ਸਾਰੇ ਸਿਸਟਮ ਸਾਰਾ ਕੋਈ ਗੱਡੀ ਹੋਈ ਹੋ ਜਾਂਦੀ ਸਾਡੀ, ਸਭ ਕੁਝ ਹੋ ਜਾਂਦਾ। ਤੇ ਜਦੋਂ ਇੱਥੇ ਹੋਈਦਾ ਜਾਂ ਕਿੱਦਾਂ, ਉਦੋਂ ਮਤਲਬ ਇਹ ਆ ਵੀ ਜਿੰਨੀ ਵੱਧ ਤੋਂ ਵੱਧ ਰੇਸ ਹੋ ਸਕੇ ਇੱਥੇ ਕੈਰੋ ਮਿਲੇ ਸਾਨੂੰ ਥੋੜ੍ਹੇ ਦਿਨ ਦੀ ਗੱਲ ਹੈ ਕਿ ਲੋਕੇ ਤੋਂ ਬੱਚਾ ਮਿਲ ਸਾਨੂੰ ਕੈਰੋ ਨੂੰ ਆ ਰਿਹਾ ਸੀ, 10-13 ਸਾਲ ਦਾ ਬੱਚਾ ਤੇ ਦੋਵਾਂ ਤਿੰਨਾਂ ਭੈਣਾਂ ਦਾ ਇੱਕੋ, ਤੇ ਉਸਨੂੰ ਗੱਡੀ ਵਾਲੇ ਰਗੜ ਕੇ ਚਲੇ ਗਏ। ਦੱਸੋ ਕੀ ਉਹਨਾਂ ਕਰਨਾ ਸੀ। ਇਸ ਕਰਕੇ ਅਸੀਂ ਆਪਣੇ ਭਰਾਵਾਂ ਨੂੰ, ਮੈਂ ਤਾਂ ਕਹਿੰਦਾ ਪਹਿਲਾਂ ਖੁਦ ਅਸੀਂ ਕੇਰ ਨੂੰ ਸਿੱਖਿਆ ਦੇਣ ਨਾਲ ਪਹਿਲਾਂ ਆਪਣੀ ਖੁਦ ਸੁਧਰ ਗਈ। ਖੁਦ ਅਸੀਂ ਕਿ ਜੇ ਗੱਡੀ 'ਚ ਜਿਹੜੇ ਬੈਠੇ ਹਾਂ ਤੁਹਾਨੂੰ ਵੀ ਇਹ ਵੀ ਹੌਲੀ ਚਲਾ, ਉਹਦੇ 10 ਮਿੰਟ ਬਾਅਦ 'ਚ ਕਿਤੇ ਪਹੁੰਚ ਜਾਂਗੇ। ਪਹਿਲਾਂ ਅਸੀਂ ਖੁਦ ਅਸਰ ਕਰਨਾ ਸ਼ੁਰੂ ਕਰੀਏ, ਫਿਰ ਔਰ ਉਸ ਤੋਂ ਬਾਅਦ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਵਧੀਆ ਡਾਕਟਰ ਸਾਹਿਬ ਦੇ ਬੱਚੇ ਆਉਣ, ਜਾਂ ਕਿਸ ਤਰ੍ਹਾਂ, ਮੈਂ ਤੁਹਾਨੂੰ ਗੱਲ ਦੱਸਦਾ ਜੀ, ਮੈਂ ਇੱਕ ਬੱਚਿਆਂ ਦਾ ਡਾਕਟਰ ਪੱਟੀ ਉਹਦੇ ਕੋਲ ਬੈਠਾ। ਮੈਂ ਕਿਹਾ ਜੀ ਅੱਜ ਕੱਲ੍ਹ ਕੀ ਕਾਰੋਬਾਰ ਖੋਲ੍ਹਣਾ, ਜਿਹਦੇ 'ਚ ਕੀ ਸਿਸਟਮ ਹੋਵੇ? ਉਹ ਕਹਿੰਦੇ ਜੀ ਲੋਕ ਇੰਟਰਟੇਨਮੈਂਟ ਦੇ ਪੈਸੇ ਘੱਟ ਖਰਚਦੇ ਆ, ਜ਼ਿਆਦਾ ਖਰਚਦੇ ਆ, ਤੇ ਸਿੱਖਿਆ ਦੇ ਬਹੁਤ ਘੱਟ ਖਰਚਦੇ, ਸਿੱਖਿਆ ਨੂੰ ਧਿਆਨ। ਇਸ ਕਰਕੇ ਸਾਨੂੰ ਆਪਣੇ ਇੰਟਰਟੇਨਮੈਂਟ ਜਾਂ ਫੈਸ਼ਨ ਤੇ ਵੱਧ ਪੈਸਾ ਨਹੀਂ ਖਰਚਣਾ ਚਾਹੀਦਾ, ਆਪਦੀਆਂ ਸੁੱਖ ਸਹੂਲਤਾਂ ਦੇ ਵੱਧ ਪੈਸਾ ਨਹੀਂ ਖਰਚਣਾ ਚਾਹੀਦਾ। ਅਸੀਂ ਕਿਸੇ ਦਾ ਕਮਰਾ ਵੇਖ ਲਈਏ ਨਾ ਵੀ ਕਮਰਾ ਇੱਦਾਂ ਬਣਿਆ, ਤਾਂ ਬੀਬੀਆਂ ਦੇ ਭਾਵੇਂ ਚੰਗਾ ਭਾਵ ਪੱਥਰ ਲੱਗਾ ਵੀ ਪਟਾ ਜਾਂਦੀਆਂ ਟਾਈਲਾਂ ਲਾ ਦੋ, ਚੰਗੀ ਭਲੀ ਅਲਮਾਰੀ ਬਣੀ ਹੁੰਦੀ ਹੈ, ਕੋਠੇ ਨਵੀਂ ਬਣਾ ਦਿਓ। ਸਾਨੂੰ ਆਪਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਸਿੱਖਿਆ ਦੇਣ ਤੇ ਉੱਤੇ ਪੈਸਾ ਖਰਚੋ, ਉਹਨਾਂ ਨੂੰ ਪ੍ਰੇਰਿਤ ਕਰੋ ਤਾਂ ਕਿ ਸਾਡਾ ਸਮਾਜ ਜਿਹੜਾ ਚੰਗਾ ਸਮਾਜ ਬਣੇ, ਤੇ ਸਾਨੂੰ ਤਾਂ ਵਧੀਆ ਜਿਹੜਾ ਸਾਡਾ ਵਾਤਾਵਰਨ ਹੋਊਗਾ। ਜੇ ਸਾਡਾ ਵਾਤਾਵਰਨ ਵਧੀਆ ਰਿਹਾ, ਏਰੀਆ ਦਾ ਮਾਹੌਲ ਵਧੀਆ ਰਿਹਾ, ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਵਧੀਆ ਰਹਿਣਗੀਆਂ। ਤੇ ਜੇ ਅਸੀਂ ਖੋਦੀ ਫੈਸ਼ਨਾਂ ਤੇ ਜਾਂ ਹੋਰ ਦੌਰ ਦੇ ਵਿੱਚ ਜ਼ਿਆਦਾ ਧਿਆਨ ਦਿੱਤਾ ਤੇ ਆਉਣ ਵਾਲੀਆਂ ਫਿਰ ਨਸਲਾਂ ਨੇ ਤੇ ਫਿਰ ਉੱਧਰ ਹੀ ਜਾਣਾ। ਇਹਨਾਂ ਕਹਿੰਦਾ ਹੈ ਕਿ ਮਾਤਰ ਜੱਜ ਕਾ ਜੀ ਸਾਰਿਆਂ ਦਾ ਪਰਿਵਾਰ ਵੱਲੋਂ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ। ਗੁਰੂ ਦਾ ਲੰਗਰ ਤਿਆਰ ਹੈ, ਸਮੂਹ ਸੰਗਤਾਂ ਨੇ ਲੰਗਰ ਛੱਕ ਕੇ ਜਾਣਾ ਹੈ। ਮੈਂ ਰਮਿੰਦਰ ਭਾਈ ਨੂੰ ਬੇਨਤੀ ਕਰਦਾ ਕਿ ਦਸਤਾਰ ਦੀ ਰਸਮ ਗੁਰੂ ਸਾਹਿਬ ਦੀਆਂ ਜੁੱਤੀ ਵਿੱਚ ਰੱਖਣ, ਕਿਉਂਕਿ ਪਰਿਵਾਰ ਵੱਲੋਂ ਬੇਨਤੀਆਂ ਵੀ ਹੋਰ ਕਿਸੇ ਭੈਣ ਭਰਾ ਨੇ ਕੁਛ ਨਹੀਂ ਕਰਨਾ, ਕੋਈ ਸਾਡੇ ਮਾਤਾ ਜੀ ਵੱਲੋਂ ਬੇਨਤੀ ਹੈ ਜੀ, ਕੋਈ ਲੈਣ ਦੇਣ ਕੋਈ ਹੋਰ ਕੰਮ ਦੀ ਸਾਰੀ ਮਨਾਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ
ਹਾਂਜੀ ਪ੍ਰਸ਼ਾਦ ਲੈ ਕੇ ਗੁਰੂ ਮਹਾਰਾਜ ਦਾ ਤੇ ਲੰਗਰ ਛੱਕ ਕੇ ਜਾਣਾ। ਵਾਹਿਗੁਰੂ।